ਮੇਰਾ ਲੱਖ ਤੇ ਕਦੇ ਨੀ ਕਾਮਯਾਬ ਹੋ ਸਕਦਾ ਇਹਨੂੰ ਸੁੱਟ ਦੇ ਕਦੇ
ਸਰਦਾਰ ਨੂੰ ਤੂੰ ਪੈਸਾ ਨਹੀਂ ਕਮਾ ਸਕਦਾ। ਤੁਹਾਨੂੰ ਪਤਾ ਨਹੀਂ ਅਸੀਂ ਹੁਸ਼ਿਆਰਚਲਾਕ ਮਰਾਸੀ ਆ, 4 ਲੱਖ ਰੁਪਈਆ, ਅਸੀਂ 4 ਲੱਖ ਰੁਪਏ ਦੀਆਂ 4 ਭੈਣਾਂ ਲੈਂਦੀਆਂ ਨੇ ਹੋਰ। ਅੱਛਾ ਹੋਰ ਲੈਂਦੀਆਂ ਨੇ, ਕਾਰੋਬਾਰੀ ਭਰਾਵਾਂ ਅਸੀਂ। ਹਾਂ ਇਹ ਕੌਣ ਹੈ ਜੀ? ਇਹ ਤੇਰੀ ਫੁੱਫੀ, ਇਹ ਸਿਸਰ ਵਾਲੀ ਦੀ ਨਰਗਾ। ਇਹ ਕੌਣ ਹੈ ਮਰੇ ਬੱਚੇ ਜੰਮਣ ਵਾਲੀ? ਉਹ ਮੈਡਮ ਹੈ, ਮੈਡਮ ਪੜਾਉਣ ਆਏ ਨੇ ਉਹ। ਅੱਛਾ ਮੈਡਮ, ਟੀਚਰ ਹੈ, ਟੀਚਰ। ਅੱਛਾ ਟੀਚਰ ਹੈਗੀ। ਹਾਂ ਸ਼ਬਕਤ ਚੀਮਾ ਤੁਹਾਡੀਆਂ ਫਿਲਮਾਂ ਚੀਜ਼ਾਂ ਲੁੱਟਦਾ ਨਾ, ਪੈਸੇ ਵੀ ਦਿੰਦਾ, ਮੁਫ਼ਤ ਬੜੀ ਲਾਈ ਇਹਨੇ। ਗੱਲ ਕਰਨ ਵਾਲੀ ਕਰੋ, ਜਾਇਜ਼ ਮੁਨਾਸਬ ਇਹ ਤੁਸੀਂ ਮੇਰੀ ਕਲਾਸ ਦੀਨ ਦਾ ਟਾਈਮ ਆ ਗਿਆ। ਕਿੱਥੋਂ ਲਿਆਦੀ ਉਹ ਮੈਡਮ? ਇਹ ਅੱਬਾ ਜੀ ਪਾਣੀ ਪੀਓ, ਉਹਦਾ ਤੁਸੀਂ ਬੋਲਣ ਤੋਂ ਥੱਕ ਗਏ ਹੋਵੋਗੇ, ਬੜੀ ਦੂਰੋਂ ਪਾਣੀ ਲੈ ਕੇ ਆਇਆ। ਉਹ ਅੱਛਾ ਹੈ, ਮੇਰਾ ਪੁੱਤਰ ਕਿੱਥੋਂ ਲੈ ਆਇਆ? ਅੱਜ ਚਲੀ ਗਿਆ ਨਹੀਂ ਲੇਡੀ ਦੇ ਅੰਦਰ ਤੇ ਜੈਨ ਚੇਂਦਰ। ਇੱਕ ਹੋਰ ਆਈ ਜੀ, ਤੇ ਕੱਪੜੇ ਪਾ ਕੇ ਸੋਣਾ ਸੀ ਨਾ ਬਿੱਲੀ ਨੇ। ਗੱਲ ਕੀ ਪੁੱਤਰ? ਆ ਬਾਹਰ ਦੋ ਕੁੱਤੀ ਨੇ ਬੱਚਿਆਂ ਦੀ ਤੇ ਨੇ। ਅੱਛਾ ਅੱਛਾ, ਇੱਕ ਦਾ ਨਾਂ ਹੈ ਤੁਮ ਤੇ ਇੱਕ ਦਾ ਨਾਂ ਹੈ ਹਮ। ਇੱਕ ਦਾ ਨਾਂ ਹੈ ਤੁਮ ਤੇ ਇੱਕ ਦਾ ਨਾਂ ਹੈ ਹਮ। ਉਹ ਤੁਮ ਮਰ ਗਿਆ, ਦੁੱਧ ਕੌਣ ਪੀਏਗਾ? ਪੁੱਤਰ ਹਮ ਫਿੱਟੇ ਮੂੰਹ ਤੇਰਾ ਚਬਲਾ ਜਿਹਾ, ਇਹ ਤੁਸੀਂ ਪੀਂਦੇ ਹੋ ਜੀ? ਨਹੀਂ ਨਹੀਂ, ਜਿਹੜਾ ਬਚਦਾ ਤੈਨੂੰ ਦੇਣ। ਅਮੀਰ ਹੋਣਾ ਹੀ ਆਹੋ, ਬਗੈਰ ਤੋਂ ਜਾ ਲਾਣਾ ਤੇਰੇ ਤੇ ਬਕਵਾਸ। ਸੋਹਣਾ ਹੋਣਾ ਹੀ, ਤੂੰ ਅਮੀਰ ਹੋਣਾ ਹੋ ਜਾਣੇ ਆ, ਕੰਮ ਤੇਰਾ ਕੋਈ ਨਹੀਂ ਮੀਰਾਂ ਵਾਲਾ। ਸੋਹਣਾ ਹੋਣਾ ਹੀ ਆਹੋ, ਧੋਣ ਲੋ ਆ ਦੇ, ਮੋਟਾ ਹੋਣਾ ਹੀ ਆਹੋ, ਡੁੱਬ ਕੇ ਮਰ ਜਾ। ਚਿੱਕਾ ਕੰਜਰ ਹੋਣਾ ਹੀ, ਕੰਜਰ ਹੋਣਾ ਹੀ, ਹੁਣ ਦੇ ਜਵਾਬ ਅੱਗੋ ਦੇ ਹੁਣ। ਉਹ ਕੰਜਰ ਹੋਣੇ ਹੋਣੇ ਵੀ ਹੋਣਾ, ਕੰਜਰ ਹੋਣਾ ਹੀ। ਹਾਂ ਮਾਵਲ ਹੋਈ ਆ, ਉਹ ਕੰਜਰ ਹੋ ਗਿਆ, ਮੰਜ਼ਲੇ ਮਕਸੂਦ ਤੇ ਆ ਗਿਆ ਉਹ। ਇਹ ਚਿੱਟਾ ਹੋਣਾ ਹੀ। ਹਾਂਜੀ, ਲੱਸੀ ਨਾਲ ਮਲੋਖ ਖਾਇਆ ਕਰ ਭਾ, ਤੂੰ ਉਹ ਖਾਣਾ? ਮੈਂ ਕਿਹਾ ਚੱਲ, ਖੋਤੇ ਦੇ ਕੰਨ ਤੇ ਡਾਕਟਰ ਲਿਖਿਆ ਲਾਣਾ ਤੇਰੇ। ਇਹਨੂੰ ਕਿਸੇ ਨੇ ਕਿਹਾ ਖੋਤਾ ਗਰਮ ਹੁੰਦਾ ਨੇ, ਮਾਂ ਦੀ ਮੰਜੀ ਨਾਲ ਬੰਦ। ਉਹ ਕੈਸਾ ਤੇਰਾ ਮੂੰਹ ਹੈ ਕੁੱਤੇ ਦਾ ਮਗਰਾਰ ਵਰਗਾ। ਮੈਂ ਕਿਹਾ ਚਾਚਾ ਜੀ ਤੁਸੀਂ ਚਿੱਟੇ ਹੋਣਾ? ਪੁੱਤਰ ਹੋਰ ਕਿੰਨਾ ਕੁ ਕਰਨਾ ਹੋਣਾ, ਚਾਚੀ ਦੀ ਕਰੀਮ ਲਾਇਆ ਕਰੋ। ਇਹ ਤੁਸੀਂ ਲਾਲੀ ਅੱਡੇ ਖਲੋਤੀ ਬੱਸਾਂ ਦੇ ਟਾਇਰ ਨਹੀਂ ਚੱਟਦੇ? ਨਾ ਜੀ ਜਨਾਬ, ਚੱਟਦਾ ਲਾਣਤ। ਇਹ ਤੁਸੀਂ ਝੋਲੀ 'ਚ ਕਤੂਰੇ ਪਾ ਕੇ ਨਹੀਂ ਵੇਚਦੇ? ਤੁਸੀਂ ਸਹੀ ਪਛਾਣਿਆ ਮੈਨੂੰ, ਮੈਂ ਕਤੂਰੇ ਵੇਚਣਾ ਹੁੰਦਾ ਸਾਂ। ਇੱਕ ਕਤੂਰਾ ਮੇਰੇ ਕੋਲ ਰਹਿ ਗਿਆ, ਕਿੱਥੇ? ਉਹਦਾ ਮੂੰਹ ਬਹੁਤ ਵੱਡਾ ਸੀ, ਬੁੱਲੀ ਕਤੂਰਾ ਸੀ ਉਹ। ਅੱਬਾ ਨੇ ਨਰਸ ਦੇ ਨਾਲ ਵਿਆਹ ਕਰ ਲਿਆ, ਦੂਜੇ ਦਿਨ ਹੀ ਤਲਾਕ ਹੋ ਗਈ। ਕਿਉਂ? ਕਹਿੰਦਾ ਜਿੰਨਾ ਤੀਕਰ ਉਹਨੂੰ ਭੈਣ ਨਾ ਕਹਾਂ ਕੋਈ ਕੰਮ ਹੀ ਨਹੀਂ ਕਰਦੀ। ਸਿਸਟਰ ਇਹਦੀ ਫਿਲਮ ਬਣਾਈ ਇਹਨੇ ਬੇਟੀ। ਅੱਛਾ, 6 ਸਾਲ ਮੈਟਰੋਪੋਲ ਚ ਬੇਟੀ ਚੱਲੀ। ਇਹ ਵੀ ਬੜੇ ਵੱਡੇ ਡਾਇਰੈਕਟਰ ਨੇ, ਸਈਆ ਨੂਰ ਨੇ ਫਿਲਮ ਬਣਾਈ ਮਹਿੰਦੀ ਵਾਲੇ ਹੱਥ, ਇੰਨਾ ਉਹਦੇ ਮੁਕਾਬਲੇ ਦਾ ਫਿਲਮ ਬਣਾਈ ਹੈ ਜਿਹੜੀ ਗੋਏ ਵਾਲੀ ਲੱਤ। ਪਰ ਸਾਹਿਬ ਇਹ ਕਿਹੜੀ ਫਿਲਮ ਹੈ? ਪਸ਼ਾਵਰ ਦੀ ਬਾਸ ਚ ਬੈਠਾ ਤੇ ਬੈਟ ਦੇ ਨਾਲ ਪੈਂਟ ਲਾਤੀ। ਮੈਂ ਕਿਹਾ ਕਿਉਂ ਲਾਈਓ? ਕਹਿੰਦਾ ਉੱਥੇ ਜਾ ਕੇ ਵੀ ਤੇ ਲਾਣੀ। ਆ ਮੈਂ ਪਸ਼ਾਵਰ ਗਿਆ, ਉੱਥੇ ਜਾ ਕੇ ਮੈਂ ਗਾਣਾ ਗਾਇਆ, ਜੀ ਕਰਦਾ ਬਈ ਜੀ ਕਰਦਾ। ਉਹ ਪਿੱਛੋਂ ਇੱਕ ਪਠਾਨ ਆਇਆ, ਮੈਨੂੰ ਅੰਦਰ ਲੈ ਗਿਆ, ਬਾਹਰ ਆਇਆ ਅੱਗੇ ਵੀ ਰੋਂਦਿਆ। ਮੈਂ ਕਿਹਾ ਵਟਸਐਪ ਕੀ ਹੋਇਆ? ਕਹਿੰਦਾ ਮੇਰਾ ਤੇ ਜੀ। ਓਏ ਲਿਫਟ ਲੈ ਕੇ ਗਏ ਟਰੱਕ ਤੇ ਬੈ ਹਾਏ। ਅੱਛਾ ਗੱਲ ਇਸ ਤਰ੍ਹਾਂ ਜੀ, ਪੈਸਾ ਬੜਾ ਮੇਰੇ ਕੋਲ। ਅੱਛਾ ਜੀ, 80 ਕਰੋੜ ਰੁਪਏ ਦੀ ਕੋਠੀ ਹੈ ਮੇਰੀ। 80 ਕਰੋੜ ਦੀ ਕੋਠੀ ਹੈ ਤੇਰੀ? ਜਾਤੀ ਹੈ ਜਾਂਦੇ ਤੇਰਾ ਬੰਦਾ ਮਰ ਜੇ। ਹੋਰ ਕੀ ਆ? ਬਾਥਰੂਮ ਤੇ 25 ਕਰੋੜ ਲਾਇਆ, ਧੀਏ ਤੇਰਾ ਬੰਦਾ ਆਏ ਗੱਡੀ ਥੱਲੇ। ਹੋਰ ਕੀ ਆ? ਹੋਰ ਪਰਾਡੋ ਹੈਗੀ ਹੈ 37 ਕਰੋੜ ਦੀ ਪਰਾਡੋ। ਨਿਕਾਹ ਪੜਾਉਂਦੇ ਆ ਸਾਰੀ ਫੌਤ ਹੋਇਆ, ਬੜਾ ਪੈਸਾ ਪੁੱਤਰ ਨੂੰ। ਆ ਬੱਚਿਆ, ਏ ਸਾਲੀ ਪੁੱਤਰ। ਹਾਂਜੀ ਅੱਬਾ ਜੀ। ਆ ਬੱਚਿਆ, ਆ ਤੇਰੀ ਭੈਣ ਦਾ ਕਾਰੀਗਰ ਆਏ, ਇਹਨੂੰ ਮਿਲ। ਆ ਮੇਰੀ ਭੈਣ ਦਾ ਕਾਰੀਗਰ ਆ? ਮੈਂ ਉਹ ਹੀ ਆ ਜਿੰਨੇ ਤੁਹਾਡੀ ਭੈਣ ਨੂੰ ਤਵੀਤ ਪਾਣੇ ਨੇ, ਹੋਰ ਤਾਂ ਤੂੰ ਕੁਝ ਪਾ ਨਹੀਂ ਸਕਦਾ। ਨਿਕਾਹ ਨਿਕਾਹ ਕਰ ਧੀ ਨੂੰ ਬੁਲਾ। ਅੱਛਾ ਜੀ, ਤੁਹਾਡੇ ਕੋਲ ਆਪਣਾ ਪ੍ਰਾਪਰਟੀ ਕਿੰਨੀ ਕੁ ਆ? ਇਹ ਇਹਨਾਂ ਨੂੰ ਦੱਸਿਆ 80 ਕਰੋੜ ਰੁਪਏ ਦਾ ਮਕਾਨ ਹੈ, 5 ਕਰੋੜ ਬਾਥਰੂਮ ਤੇ ਲਾਇਆ। ਬਸ ਮੇਰੇ ਪਿਓ ਕੋ 5 ਖਰਬ ਰੁਪਈਆ ਹੈ। ਹਾਂਜੀ ਹਾਂਜੀ, ਕਿੱਥੇ ਵੇ? ਚੈਨਾ ਚ। ਸਾਡੇ ਕੋ 50 ਮਰੱਬੇ ਜ਼ਮੀਨ ਆ। ਕਿੱਥੇ? 4 ਮਰੱਬਿਆਂ ਦਾ ਅਸੀਂ ਭਲਾ ਕੀ ਖਾਇਆ, ਸਿਰਫ ਖਾਲੀ ਕਰੇਲੇ। ਆ 2 ਹੈਲੀਕਾਪਟਰ ਨੇ ਮੇਰੇ ਕੋਲ, ਕਰਾਚੀ ਮੈਂ ਹੈਲੀਕਾਪਟਰ ਤੇ ਜਾਣਾ। ਗੱਲ ਸੁਣ, ਪਹਿਲੇ ਅਗਲੀ ਗੱਲ ਤੇ ਮੁੱਕ ਲੈ।
ਬਸ ਚਾਰ ਮਰੱਬਿਆਂ ਚ ਕਰੇਲੇ ਤੇ ਦਸਾਂ ਮਰੱਬਿਆਂ ਚ ਅਸੀਂ ਬੱਕਰੇ ਰੱਖੇ ਨੇ। ਉਹ ਕਿਉਂ? ਉਹ ਸਾਲਿਆ ਉਹਦੇ ਕਰੇਲੇ ਹੀ ਪੈਣੇ ਨੇ ਕਰੇ, ਇੰਨੇ ਬੜੇ ਕਰੇਲੇ ਤੇ ਬੱਕਰੇ ਵੀ ਦੇ ਵਿੱਚ ਹੋਣੇ ਚਾਹੀਦੇ ਨਾ। ਆ ਤੁਸੀਂ ਕਰਾਚੀ ਹੈਲੀਕਾਪਟਰ ਤੇ ਜਾਂਦੇ ਹੋ? ਆ ਮੇਰੇ ਪਿਓ ਨੇ ਪਰਸੋਂ ਹੀ ਜਹਾਜ਼ ਲਿਆ ਕੇ ਖਿਲਾ ਰਿਹਾ ਘਰ। ਹਾਂਜੀ ਫੇਰ ਕੀ, ਉਹ ਜਾਂਦਾ ਸਾਡਾ ਪੰਪ ਖੋਲ ਕੇ ਲੈ ਗਿਆ। ਲੱਖ ਲਾਨਤ ਬਈ ਤੇਰੇ ਤੇਰੀ ਛੱਡਣ ਤੇ। ਮੈਂ ਕਿਹਾ ਬਾਜੀ ਆ ਟ੍ਰੇਨ ਦੀ ਚਾਬੀ ਤੇ ਦਿਓ, ਕੀ ਕਰਨੀ ਪਾਈਆ ਦਹੀ ਲੈਣ ਜਾਣੀ। ਫਿੱਟੇ ਮੂੰਹ ਤੇਰਾ, ਫਿੱਟੇ ਮੂੰਹ ਤੇਰਾ, ਮੇਰੇ ਫੋਨ ਦੇ ਨਾ ਫਿਰ ਅਮਰੀਕਾ ਤੋਂ ਵਾਲ ਵੀ ਪਾਈ। ਹਾਂਜੀ ਮੇਰੇ ਪਿਓ ਕੋਲ ਐਡਾ ਲੰਮਾ ਵਾਸ ਸੀ, ਮੀਂਹ ਨਾ ਪੈਂਦਾ ਸੀ, ਬੱਦਲਾਂ ਚ ਮਾਰਦਾ ਸੀ ਤੇ ਮੀਂਹ ਪੈਂਦਾ ਸੀ। ਵਾਹ ਜੀ ਵਾਹ, ਤੁਹਾਡੇ ਪਿਓ ਕੋਲ ਬਾਂਸ ਸੀ, ਉਹ ਜਿੰਨੇ ਬੱਦਲ ਸਾਡਾਂ ਦੇ ਸਾਰੇ ਸਾਡੇ ਨੇ। ਉਹ ਮੇਰੀ ਤੇਰੇ ਅੱਬੇ ਵਾਲਾ ਕੋਈ ਵੱਡੀ ਗੱਡੀ ਹੈ ਨਾ BMW, ਹਾਂਜੀ ਡਰਾਈਵਰ ਉਹਦਾ ਲਾਹੌਰ ਹੁੰਦਾ। ਅੱਛਾ ਤੇ ਅੱਬਾ ਜੀ ਮੇਰੇ ਗੁਜਰਾਂ ਵਾਲੇ, ਉਹ ਕਿਵੇਂ ਆਇਆ ਆਇਆ ਏਡੀ ਵੱਡੀ ਗੱਡੀ ਸਾਡੇ ਕੋਲ? ਮੇਰਾ ਨਾਨਾ ਤੇਲ ਤੇ ਫਿਰ ਕੰਮ ਉਹ ਕੀ ਬਦਲਿਆ ਜਾਂਦਾ ਹੋਣਾ। ਹਾਂਜੀ ਆਹੋ ਡਰਾਈਵਰ ਉੱਥੇ ਗੱਡੀ ਗੁਜਰਾਂ ਵਾਲੇ, ਏਡੀ ਵੱਡੀ ਗੱਡੀ ਫਿਰ ਕੰਮ ਉਹ ਕਿਤੇ ਤੇਲ ਬਦਲਦੇ ਹੋਣੇ। ਇਹ ਤੇ ਕੁਛ ਵੀ ਨਹੀਂ, ਸਾਡਾ ਬਾਥਰੂਮ ਤੁਹਾਡਾ 5 ਕਰੋੜ ਰੁਪਏ ਦਾ ਬਾਥਰੂਮ ਹੈ, ਉਹ ਸਾਡਾ ਏਡਾ ਵੱਡਾ ਬਾਥਰੂਮ ਹੈ। ਲੋਟੇ ਦੇ ਲੋਟਾ ਫੜਨ ਜਾਣ ਵਾਸਤੇ ਨਾ ਹੈਵੀ ਬੈਗ ਤੇ ਬਹਿ ਕੇ ਜਾਂਦੇ ਆ। ਇੱਧਰ ਹੋ ਜਾ, ਇਹ ਕੱਲ ਵਾਸ਼ਰੂਮ ਚ ਬੈਠਾ ਹੈ, ਏਡਾ ਵੱਡਾ ਵਾਸ਼ਰੂਮ ਹੈ। ਪਤਾ ਕਿੱਥੇ? ਕਿੱਥੇ? ਉੱਥੇ ਧੋਣ ਦੀ ਵੀ ਸਹੂਲਤ ਹੈ, ਨੰਦੀਪੁਰ ਨਹਿਰ ਤੋਂ ਲੈ ਕੇ ਚਿਛਰ ਵਾਲੀ ਨਹਿਰ ਤੱਕ ਸਾਰੀ ਨਹਿਰ ਹੀ ਆਪਣੀ ਹੈ। ਇਹ ਕੱਲ ਬਾਥਰੂਮ ਚ ਬੈਠੇ ਆ, ਉੱਥੇ ਲਿਖਿਆ ਸੀ ਪਾਣੀ ਜ਼ਿਆਦਾ ਇਸਤੇਮਾਲ ਕਰੇ, 6 ਲੋਟੇ ਪੀ ਗਏ। ਇਹ ਵੀ ਕੱਲ ਬਾਥਰੂਮ ਚ ਪਾ ਕੇ ਪਾਨ ਖਾਏ, ਮੈਂ ਕਿਹਾ ਤੈਨੂੰ ਬੋਰ ਹੀ ਆਉਂਦੀ, ਕਹਿੰਦਾ ਨਹੀਂ ਮੈਂ ਖੁਸ਼ਬੂ ਵਾਲਾ ਖਾਣ ਡੀ ਆ। ਇਹ ਬਾਥਰੂਮ ਚ ਬੈਠੇ ਕੌਮੀ ਤਰ੍ਹਾਂ ਨਾਲ ਲੱਗ ਕੇ ਉੱਠ ਕੇ ਖਲੋ ਗਿਆ। ਠੀਕ ਹੈ ਨਾ, ਅੱਧਾ ਪਾਲਾ ਨਾ ਖਲੋ ਕੇ ਸੁਣਨਾ ਚਾਹੀਦਾ। ਇਹ ਵੀ ਬਾਥਰੂਮ ਚ ਬੈਠਾ, ਉਹਨਾਂ ਕਹਿ ਜ਼ੋਰ ਲਗਾਇਆ ਵਕਤ ਬਚਾਏ ਤਾਂ ਸਾਲਾ ਜ਼ੋਰ ਲਾ ਕੇ ਟੂਟੀ ਪੁੱਟ ਕੇ ਲਾਇਆ ਆ। ਵੇਖ ਨਾ ਅੱਜ ਯਕੀਨ ਕਰੋ ਇੰਡੀਆ ਦੇ ਡਰਾਮੇ ਵੇਂਦੇ ਹੋ ਨਾ, ਇੱਕ ਸ਼ਾਧਾਰੀ ਰਿਛ ਲੱਗਣ ਡਿਆ ਇਹ ਤੀਸਰਾ ਚੌਥਾ ਜਨਮ ਇਹਦਾ। ਆ ਇੰਡੀਆ ਗਿਆ ਤਾਂ ਫੜਿਆ ਕਹਿੰਦਾ ਕਿ ਕੌਣ ਹੈ ਤੂੰ? ਕਹਿੰਦਾ ਮੈਂ ਹਿੰਦੂ। ਕਹਿੰਦਾ ਸਾਡੇ ਪੰਜਾਬ ਭਗਵਾਨਾਂ ਦੇ ਨਾਂ ਦੱਸ। ਕਹਿੰਦਾ ਯੱਸੂ ਪੰਜੂ ਹਾਰ ਕਬੂਤਰ ਡੋਲੀ। ਬਾਅਦ ਚ ਸਫ਼ਰ ਕਰਨ ਡਿਆ ਕੰਡਕਟਰ, ਕਹਿੰਦਾ ਸਫਾਈ ਕਾ ਖਾਸ ਕਰਕੇ, ਡਰਾਈਵਰ ਨੂੰ ਕਹਿੰਦਾ ਉਸ ਤਰ੍ਹਾਂ ਦਿਓ।